ਸਤ ਸ੍ਰੀ ਅਕਾਲ ਸਾਰਿਆਂ ਨੂੰ ਮਾਸਟਰ ਕੈਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਵੀਡੀਓ ਚ ਗੱਲ ਕਰਾਂਗੇ ਸਿੱਖਿਆ ਵਿਭਾਗ ਦੇ ਵਿੱਚ ਲਗਭਗ 4 ਹਫ਼ਤਿਆਂ ਦੇ ਵਿੱਚ ਇੱਕ ਨਵੀਂ ਵੱਡੀ ਭਰਤੀ ਆ ਰਹੀ ਹੈ ਇਸ ਭਰਤੀ ਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਲਗਭਗ 4 ਹਫ਼ਤਿਆਂ ਦੇ ਵਿੱਚ ਜਾਨਕਿ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਭਰਤੀ ਦਾ ਇਸ਼ਤਿਹਾਰ ਹੈ ਜਿਹੜਾ ਉਹ ਸਰਕਾਰ ਦੇ ਵੱਲੋਂ ਸਿੱਖਿਆ ਡਿਪਾਰਟਮੈਂਟ ਦੇ ਵੱਲੋਂ ਜਾਰੀ ਕਰ ਦਿੱਤਾ ਜਾਊਗਾ ਵੀਡੀਓ ਚ ਤੁਹਾਨੂੰ ਇਸ ਭਰਤੀ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਕਿ ਕਿਹੜੇ ਡਿਪਾਰਟਮੈਂਟ ਨਾਲ ਸੰਬੰਧਿਤ ਇਹ ਭਰਤੀ ਹੋਊਗੀ ਕਿੰਨੀਆਂ ਕਿ ਪੋਸਟਾਂ ਹੋ ਸਕਦੀਆਂ ਨੇ ਜਾਂ ਜਾਂ ਕੀ ਜਾਂ ਕੀ ਕੀ ਹੋ ਰਿਹਾ ਦਾ ਜਿਹੜਾ ਐਲੀਜੀਬਿਲਟੀ ਹੋਊਗੀ ਉਹਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਦੇਵਾਂਗੇ ਤੇ ਨਾਲ ਹੀ ਇੱਕ ਦੋ ਜਿਹੜੇ ਨਿਊਜ਼ਪੇਪਰ ਨੇ ਉਹਨਾਂ ਦੇ ਵਿੱਚ ਅਤੇ ਇੱਕ ਦੋ ਟੀਵੀ ਚੈਨਲਾਂ ਦੇ ਵਿੱਚ ਜਿਹੜੇ ਨਿਊਜ਼ ਚੈਨਲ ਨੇ ਉਹਨਾਂ ਤੇ ਵੀ ਇਸ ਭਰਤੀ ਸੰਬੰਧੀ ਅੱਜ ਇੱਕ ਨਵੀਂ ਜਾਣਕਾਰੀ ਤਾਜ਼ਾ ਜਾਣਕਾਰੀ ਆਈ ਹੈ ਹੋ ਸਕਦਾ ਥੋੜੇ ਬਹੁਤੇ ਸਾਥੀਆਂ ਨੇ ਉਹ ਜਾਣਕਾਰੀ ਜਿਹੜੀ ਉਹ ਸੁਣੀ ਹੋਵੇ ਪਰ ਬਹੁਤੇ ਸਾਥੀ ਇਦਾਂ ਦੇ ਨੇ ਜਿਨ੍ਹਾਂ ਨੂੰ ਇਸ ਜਾਣਕਾਰੀ ਬਾਰੇ ਨਹੀਂ ਪਤਾ ਇਸ ਕਰਕੇ ਤੁਹਾਡੇ ਲਈ ਆਪਾਂ ਇਹ ਸਪੈਸ਼ਲ ਵੀਡੀਓ ਬਣਾ ਰਹੇ ਆ ਤੇ ਜਿਹੜੇ ਜਿਹੜੇ ਸਾਥੀ ਸਿੱਖਿਆ ਡਿਪਾਰਟਮੈਂਟ ਨਾਲ ਸੰਬੰਧਿਤ ਨੇ ਜਾਂ ਸਿੱਖਿਆ ਵਿਭਾਗ ਦੇ ਕਿਸੇ ਵੀ ਡਿਪਾਰਟਮੈਂਟ ਦੀ ਸਰਕਾਰੀ ਨੌਕਰੀ ਦੇ ਲਈ ਤਿਆਰੀ ਕਰਦੇ ਆ ਉਹ ਇਸ ਵੀਡੀਓ ਨੂੰ ਲਾਸਟ ਤੱਕ ਬਿਨਾਂ 스ਕਿੱਪ ਕੀਤੇ ਧਿਆਨ ਨਾਲ ਸੁਣਿਓ ਤਾਂ ਕਿ ਤੁਹਾਡੇ ਤੱਕ ਸਾਰੀ ਜਾਣਕਾਰੀ ਹੈ ਜਿਹੜੀ ਉਹ ਪੂਰੀ ਪਹੁੰਚ ਸਕੇ ਕਿਉਂਕਿ ਜੇਕਰ ਤੁਸੀਂ ਪਹਿਲੇ 2-3 ਮਿੰਟ ਦੀ ਸੁਣ ਲਈ ਤਾਂ ਪਿੱਛੋਂ ਕਾਫੀ ਚੀਜ਼ਾਂ ਤੁਹਾਡੇ ਲਈ ਜਿਹੜੀਆਂ ਉਹ ਮਿਸ ਹੋ ਜਾਣਗੀਆਂ ਇਸ ਕਰਕੇ ਇੱਕ ਤਾਂ ਵੀਡੀਓ ਨੂੰ ਸਾਰੇ ਸਾਥੀਆਂ ਤੱਕ ਜਿੰਨੇ ਤਾਂ ਸਾਥੀ ਸਿੱਖਿਆ ਵਿਭਾਗ ਨਾਲ ਸੰਬੰਧਿਤ ਨੇ ਉਹਨਾਂ ਤੱਕ ਸ਼ੇਅਰ ਕਰ ਦਿਓ ਸਾਰੇ ਗਰੁੱਪਾਂ ਦੇ ਵਿੱਚ ਤੇ ਦੇਖਿਓ ਜ਼ਰੂਰ ਲਾਸਟ ਤੱਕ ਅਤੇ ਜਿਹੜੇ-ਜਿਹੜੇ ਸਾਥੀ ਆਪਣੇ ਚੈਨਲ ਦੇ ਨਵੇਂ ਆ ਤੇ ਕਿਸੇ ਵੀ ਮਾਸਟਰ ਕੁਕ ਦੇ ਪੀਐਸਟਡ ਦੀ ਜਾਂ ਈਟੀਟੀ ਦੀ ਕਿਸੇ ਵੀ ਕੁਕ ਦੇ ਦੀ ਤਿਆਰੀ ਕਰ ਰਹੇ ਆ ਤਾਂ ਉਹ ਆਪਣਾ ਚੈਨਲ ਮਾਸਟਰ ਕੁਕ ਦੇ ਯੂਨੀਅਨ ਚੈਨਲ ਜੋ ਬਣਿਆ ਹੋਇਆ ਉਸ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਡੇ ਤੱਕ ਸਿੱਖਿਆ ਵਿਭਾਗ ਦੀ ਕੋਈ ਵੀ ਅਪਡੇਟ ਆਉਂਦੀ ਹੈ ਉਹਦੀ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਕਿਉਂਕਿ ਇਹ ਚੈਨਲ ਤੁਹਾਡੇ ਲਈ ਬਹੁਤ ਹੈਲਪਫੁਲ ਰਹੂਗਾ ਸਿਰਫ ਆਪਣੇ ਕੋਲੇ ਸਿੱਖਿਆ ਡਿਪਾਰਟਮੈਂਟ ਡਿਪਾਰਟਮੈਂਟ ਦੀ ਹੀ ਅਪਡੇਟ ਆਉਂਦੀ ਹੈ ਹੋਰ ਕਿਸੇ ਵੀ ਡਿਪਾਰਟਮੈਂਟ ਦੀ ਆਪਾਂ ਅਪਡੇਟ ਨਹੀਂ ਜਿਹੜੀ ਉਹ ਦਿੰਦੇ ਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ 4 ਹਫ਼ਤਿਆਂ ਦੇ ਵਿੱਚ ਵਿੱਚ ਸਿੱਖਿਆ ਵਿਭਾਗ ਵੱਲੋਂ ਨਵੀਂ ਭਰਤੀ ਦਿੱਤੀ ਜਾਣੀ ਹੈ ਉਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਉਹ ਨਿਊਜ਼ਪੇਪਰ ਤੇ ਦਿਖਾ ਦਿੰਨੇ ਆ ਜਿਹੜਾ ਅੱਜ ਇੱਕ ਨਿਊਜ਼ਪੇਪਰ ਤੇ ਵੀ ਇਹ ਅਪਡੇਟ ਜਿਹੜੀ ਉਹ ਆਈ ਹੈ ਤੇ ਨਾਲ ਹੀ ਕੁਝ ਜਿਵੇਂ ਕਿ ABP ਸਾਂਝਾ ਜੋ ਚੈਨਲ ਆ ਉਸ ਤੇ ਵੀ ਇਹ ਅਪਡੇਟ ਚੱਲੀ ਹੈ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਸਿੱਖਿਆ ਵਿਭਾਗ ਦੇ ਵਿੱਚ ਖਾਲੀ ਪੋਸਟਾਂ ਪਈਆਂ ਨੇ ਉਹਨਾਂ ਨੂੰ ਭਰਨ ਦੇ ਲਈ ਸੁਪਰੀਮ ਸੌਰੀ ਹਾਈ ਕੋਰਟ ਹਾਈ ਕੋਰਟ ਦੇ ਵੱਲੋਂ ਇੱਕ ਸਖਤ ਹਦਾਇਤ ਆ ਜਿਹੜੀ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ ਕਿ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰੋ ਤੇ 8 ਮਹੀਨਿਆਂ ਦੇ ਵਿੱਚ ਵਿੱਚ ਉਸ ਭਰਤੀ ਨੂੰ ਕੰਪਲੀਟ ਕਰਨਾ ਹੋਊਗਾ ਇਸ ਸਿੱਖਿਆ ਵਿਭਾਗ ਦੀ ਭਰਤੀ ਨੂੰ ਤਾਂ ਇਹਦੇ ਸੰਬੰਧੀ ਜਿਵੇਂ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਕਿ ਆ ਦੇਖੋ ਜਿਹੜਾ ਇਹ ਇਹਦੇ ਦਿੱਤਾ ਹੋਇਆ ਕਿ 1 ਮਹੀਨੇ ਦੇ ਅੰਦਰ ਇਸ਼ਤਿਹਾਰ ਜਾਰੀ ਕਰਨਾ ਤੇ 8 ਮਹੀਨਿਆਂ ਦੇ ਵਿੱਚ ਭਰਤੀ ਮੁਕੰਮਲ ਕਰਨ ਦੇ ਹੁਕਮ ਨੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਏਬੀਪੀ ਸੰਝਾ ਦੀ ਉਹ ਖਬਰ ਸਾਰੀ ਪੜ੍ਹ ਕੇ ਸੁਣਾ ਦਿੰਦੇ ਆ ਜਿਸ ਦੇ ਵਿੱਚ ਕੀ ਸਾਰੀ ਅਪਡੇਟ ਆਈ ਹੈ ਹਾਈ ਕੋਰਟ ਦੇ ਵੱਲੋਂ ਜਿਹੜਾ ਅਧਿਆਪਕਾਂ ਦੀਆਂ ਖਾਲੀ ਪਈਆਂ ਪੋਸਟਾਂ ਨਾ ਭਰਨ ਤੇ ਮਾਨ ਸਰਕਾਰ ਨੂੰ ਹਾਈ ਕੋਰਟ ਦੀ ਜਿਹੜੀ ਫਟਕਾਰ ਤੇ ਜਾਰੀ ਹੋਏ ਹੁਕਮਾਂ ਯਾਨੀ ਕਿ ਜਿਹੜੀਆਂ ਜਿਹੜੀਆਂ ਖਾਲੀ ਪੋਸਟਾਂ ਪਈਆਂ ਨੇ ਉਹਨਾਂ ਸੰਬੰਧੀ ਜਿਹੜਾ ਹਾਈ ਕੋਰਟ ਵੱਲੋਂ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਪੰਜਾਬ ਸਰਕਾਰ ਨੂੰ ਉਹ ਦਿਸ਼ਾ ਨਿਰਦੇਸ਼ ਆਪਾਂ ਤੁਹਾਨੂੰ ਇਸ ਵੀਡੀਓ 'ਚ ਪੜ੍ਹ ਕੇ ਸੁਣਾਉਨੇ ਆ ਤੁਹਾਨੂੰ ਫੇਰ ਤੋਂ ਬੇਨਤੀ ਆ ਕਿ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਾਥੀਆਂ ਤੱਕ ਸ਼ੇਅਰ ਕਰਦੇ ਹੋ ਤਾਂ ਕਿ ਅਪਡੇਟ ਸਾਰਿਆਂ ਤੱਕ ਪਹੁੰਚਦੀ ਰਹੇਵੇ ਤੇ ਨਾਲ ਹੀ ਆਪਣਾ ਇੱਕ ਟੈਲੀਗ੍ਰਾਮ ਗਰੁੱਪ ਦਾ ਲਿੰਕ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਨੀਚੇ ਜਦੋਂ ਕਮੈਂਟ ਓਪਨ ਕਰੋਗੇ ਕਮੈਂਟਸ ਦੇ ਵਿੱਚ ਮਿਲ ਜੂਗਾ ਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਾਸਟਰ ਕੈਡਰ ਯੂਨੀਅਨ ਬਨਰ ਆਪਣਾ ਟੈਲੀਗ੍ਰਾਮ ਗਰੁੱਪ ਬਣਿਆ ਹੋਇਆ ਜਿੱਥੇ ਆਪਾਂ ਹਰ ਇੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਕੋਈ ਡਾਕੂਮੈਂਟ ਹੁੰਦਾ ਸਿੱਖਿਆ ਵਿਭਾਗ ਦਾ ਉਹ ਉੱਥੇ ਆਪਾਂ ਭੇਜਦੇ ਰਹਿੰਨੇ ਆ ਉੱਥੇ ਤੁਹਾਨੂੰ ਅਪਡੇਟ ਮਿਲਦੀ ਰਹੂਗੀ ਤੁਹਾਨੂੰ ਬਲੂ ਕਲਰ ਦਾ ਲਿੰਕ ਕਮੈਂਟ ਦੇ ਵਿੱਚ ਮਿਲ ਮਿਲੇਗਾ ਤੁਸੀਂ ਕਮੈਂਟਸ ਨੂੰ ਓਪਨ ਕਰਕੇ ਉਸ ਬਲੂ ਕਲਰ ਦੇ ਲਿੰਕ ਨੂੰ ਜੁਆਇਨ ਕਰ ਲਿਓ ਤੇ ਉੱਥੇ ਤੁਹਾਨੂੰ ਅਪਡੇਟ ਕਿ এবੀਪੀ ਸਾਂਝਾ ਦੀ ਇਹ ਰਿਪੋਰਟ ਹੈ ਜਿਹੜੀ এবੀਪੀ ਸਾਂਝਾ ਨਿਊਜ਼ ਚੈਨਲ ਹੈ ਉਹਨਾਂ ਵੱਲੋਂ ਇਹ ਖਬਰਾਂ ਜਿਹੜੀ ਨਸ਼ਰ ਕੀਤੀ ਗਈ ਹੈ ਹਾਈ ਕੋਰਟ ਔਨ ਮਾਨ ਗਵਰਨਮੈਂਟ ਪੰਜਾਬ ਦੇ ਵਿੱਚ ਜਿਹੜੇ ਕਾਲਜ ਅਤੇ ਯੂਨੀਵਰਸਿਟੀ ਵਿੱਚ ਖਾਲੀ ਪਈਆਂ ਅਧਿਆਪਕ ਪ੍ਰੋਫੈਸਰਾਂ ਦੀਆਂ ਪੋਸਟਾਂ ਦਾ ਮਾਮਲਾ ਜੋ ਹੁਣ ਤੱਕ ਹਾਈ ਕੋਰਟ ਵਿੱਚ ਪਹੁੰਚ ਗਿਆ ਸੀ ਜਾਨੀ ਕਿ ਜਿਹੜੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਜਾਂ ਜਿਹੜੇ ਕਾਲਜਾਂ ਦੇ ਵਿੱਚ ਅਧਿਆਪਕ ਜਾਂ ਜੋ ਵੀ ਹੁੰਦੇ ਨੇ ਉਹਨਾਂ ਵੱਲੋਂ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਜਿਹੜੇ ਅ ਅਸਿਸਟੈਂਟ ਰੱਖੇ ਜਾਂਦੇ ਹੁੰਦੇ ਨੇ ਜਿਹੜੇ ਕਿ ਲੈਕਚਰਰ ਜਿਹੜੇ ਕਾਲਜਾਂ ਦੇ ਵਿੱਚ ਰੱਖ ਲਏ ਜਾਂਦੇ ਨੇ ਕਿ ਉਹਨਾਂ ਨੂੰ ਸਰਕਾਰ ਗਲਤੀ ਨਾਲ ਪੱਕਾ ਕਰ ਰਹੀ ਹੈ ਤੇ ਨਵੀਆਂ ਪੋਸਟਾਂ ਜਿਹੜੀਆਂ ਨਹੀਂ ਦੇ ਰਹੀ ਇਸ ਕਰਕੇ ਹਾਈ ਕੋਰਟ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਇਸ ਦਾ ਕੇਸ ਚੱਲਦਾ ਸੀ ਤਾਂ ਉਹਦੇ ਸੰਬੰਧੀ ਹਾਈ ਕੋਰਟ ਦਾ ਇੱਕ ਨਵਾਂ ਫੈਸਲਾ ਆਇਆ ਉਹ ਫੈਸਲਾ ਕੀ ਹੈ ਕਿ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਸੀ ਇਹ ਫੈਸਲਾ ਜਿਸ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਲੈਕਚਰਾਰ ਅਧਿਆਪਕਾਂ ਦੀਆਂ 2000 ਤੋਂ ਵੱਧ ਖਾਲੀ ਅਸਾਮੀਆਂ ਨੇ ਇਹ ਇਹਨਾਂ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਹਾਈ ਕੋਰਟ ਨੇ ਮਾਨ ਸਰਕਾਰ ਨੂੰ ਨਵੇਂ ਹੁਕਮ ਜਾਰੀ ਕੀਤੇ ਨੇ ਅਤੇ ਹੁਕਮ ਇਹ ਨੇ ਕਿ 1 ਮਹੀਨੇ ਦੇ ਅੰਦਰ ਅੰਦਰ ਜਿਹੜਾ ਇਸ਼ਤਿਹਾਰ ਆ ਉਹ ਜਾਰੀ ਕਰਨਾ ਹੈ ਅਤੇ ਅਗਲੇ 8 ਮਹੀਨਿਆਂ ਦੇ ਵਿੱਚ ਵਿੱਚ ਅਧਿਆਪਕਾਂ ਦੀ ਭਰਤੀ ਮੁਕੰਮਲ ਕਰਨ ਲਈ ਕਿਹਾ ਗਿਆ ਜਨ ਕਿ ਜਿਹੜਾ ਭਰਤੀ ਦਾ ਨੋਟੀਫਿਕੇਸ਼ਨ ਆ ਉਹ ਲਗਭਗ 4 ਹਫ਼ਤੇ ਯਾਨੀ ਕਿ 1 ਮਹੀਨੇ ਦੇ ਵਿੱਚ ਵਿੱਚ ਹੀ ਜਾਰੀ ਕਰਨਾ ਹੋਊਗਾ ਪੰਜਾਬ ਸਰਕਾਰ ਨੂੰ ਅਤੇ ਇਸ ਭਰਤੀ ਨੂੰ ਜਿਹੜਾ 8 ਮਹੀਨਿਆਂ ਦੇ ਵਿੱਚ ਵਿੱਚ ਕੰਪਲੀਟ ਕਰਨਾ ਹੋਊਗਾ ਤੇ ਹਾਈ ਕੋਰਟ ਵੱਲ ਵਿੱਚ ਪਾਈ ਪਟੀਸ਼ਨਰ ਜਿਹੜੀ ਪਟੀਸ਼ਨਰ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਪਟੀਸ਼ਨਰ ਦੇ ਵੱਲੋਂ ਉਹਨਾਂ ਦਾ ਨਾਮ ਆ ਗਰੀਮਾ ਅਤੇ ਉਹਨਾਂ ਦੇ ਨਾਲ ਹੋਰ ਜਿਹੜੇ ਹੋਰ ਸਾਥੀ ਨੇ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਹਾਈ ਕੋਰਟ ਦੇ ਵਿੱਚ ਪਟੀਸ਼ਨਰ ਪਾਈ ਸੀ ਤਾਂ ਹਾਈ ਕੋਰਟ ਵਿੱਚ ਪਟੀਸ਼ਨਰ ਦਾਇਰ ਕਰਦਿਆਂ ਗਰੀਮਾ ਤੇ ਉਹਨਾਂ ਹੋਰਨਾਂ ਨੇ ਆਖਿਆ ਕਿ ਉਹ ਰੈਗੂਲਰ ਭਰਤੀ ਲਈ ਪੂਰੀ ਤਰ੍ਹਾਂ ਯੋਗ ਹਨ ਪਰ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਰੈਗੂਲਰ ਭਰਤੀਆਂ ਦੀਆਂ ਅਸਾਮੀਆਂ ਤੇ ਪਾਰਟ ਟਾਈਮ ਲੈਕਚਰਰਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜਾਨਿ ਕਿ ਜਿਹੜੇ ਪਾਰਟ ਟਾਈਮ ਲੈਕਚਰਰ ਨਿਯੁਕਤ ਕੀਤੇ ਨੇ ਹਾਈ ਕੋਰਟ ਸੌਰੀ ਕਾਲਜਾਂ ਦੇ ਵਿੱਚ ਸਰਕਾਰ ਉਹਨਾਂ ਨੂੰ ਪੱਕਾ ਕਰਨ ਦੇ ਲਈ ਜ਼ੋਰ ਲਾ ਰਹੀ ਸੀਗੀ ਤਾਂ ਇਸੇ ਸਬੰਧੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਸੀ ਹਾਈ ਕੋਰਟ ਨੂੰ ਦੱਸਦਾ ਹੋਇਆ ਕਿ ਵੱਖ-ਵੱਖ ਪਟੀਸ਼ਨਰਾਂ ਪੈਂਡਿੰਗ ਹੋਣ ਕਾਰਨ 2002 ਦੇ ਵਿੱਚ ਅਧਿਆਪਕਾਂ ਦੀ ਭਰਤੀ ਮੁਕੰਮਲ ਜਿਹੜੀ ਨਹੀਂ ਹੋ ਸਕੀ ਸੀ ਇੰਨਾ ਪਟੀਸ਼ਨਰਾਂ ਪੈਂਡਿੰਗ ਹੋਣ ਦੌਰਾਨ ਪੰਜਾਬ ਸਰਕਾਰ ਨੇ ਪਾਰਟ ਟਾਈਮ ਲੈਕਚਰਰਾਂ ਦੀ ਜਿਹੜੀ ਨਿਯੁਕਤੀ ਕਰ ਲਈ ਸੀਗੀ ਜਨਨਿਕ 2002 ਦੇ ਵਿੱਚ ਜਿਹੜੀ ਭਰਤੀ ਆਈ ਸੀ ਉਹ ਕੰਪਲੀਟ ਨਹੀਂ ਹੋਈ ਸੀ ਤਾਂ ਪੰਜਾਬ ਸਰਕਾਰ ਨੇ 2002 ਦੇ ਵਿੱਚ ਪਾਰਟ ਟਾਈਮ ਲੈਕਚਰਰ ਨਿਯੁਕਤ ਕਰ ਲਏ ਸੀ ਇਹ ਲੈਕਚਰਰ ਲਗਭਗ 2 ਦਹਾਕਿਆਂ ਤੋਂ ਜਾਨੀ ਕਿ 20 ਸਾਲਾਂ ਤੋਂ ਲਗਭਗ ਸੇਵਾ ਕਰ ਰਹੇ ਨੇ ਤੇ ਹੁਣ ਸਰਕਾਰ ਇਹਨਾਂ ਨੂੰ ਰੈਗੂਲਰ ਕਰਨ ਦਾ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਹੈ ਤਾਂ ਹਾਈ ਕੋਰਟ ਨੇ ਜਿਹੜਾ ਦੋਨੇ ਸਾਰੀਆਂ ਜਿੰਨੀਆਂ ਧਿਰਾਂ ਨੇ ਉਹਨਾਂ ਸਾਰਿਆਂ ਦੇ ਜਿਹੜੇ ਬਿਆਨ ਸੁਣਨ ਤੋਂ ਬਾਅਦ ਕਿਹਾ ਗਿਆ ਕਿ ਜਿਹੜੇ ਪਾਰਟ ਟਾਈਮ ਲੈਕਚਰਰ ਰੱਖੇ ਗਏ ਨੇ ਉਹਨਾਂ ਵਿੱਚੋਂ ਜਿਹੜੇ ਜਿਹੜੇ ਲੈਕਚਰਰ ਯੋਗਤਾ ਪੂਰੀ ਨਹੀਂ ਕਰਦੇ ਸਰਕਾਰੀ ਨੌਕਰੀ ਦੀ ਉਨ੍ਹਾਂ ਨੂੰ ਜਿਹੜਾ ਰੈਗੂਲਰ ਨਹੀਂ ਕੀਤਾ ਜਾ ਸਕਦਾ ਅਤੇ ਅਧਿਆਪਕਾਂ ਦੀ ਕਾਰਜਸ਼ਕਤੀ ਅਤੇ ਸਮਾਜ ਦੇ ਵਿਕਾਸ ਤੇ ਜਿਹੜਾ ਸਿੱਧਾ ਪ੍ਰਭਾਵ ਪਉਂਦੀ ਹੈ ਇਹ ਇਸ ਲਈ ਇਹਨਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ ਤਾਂ ਇਹਦਾ ਏਬੀਪੀ ਸੰਘਾ ਵੱਲੋਂ ਇਹ ਖਬਰ ਦਿੱਤੀ ਗਈ ਹੈ ਕਿ ਜਾਨੀ ਕਿ ਜੋ ਪਾਰਟ ਟਾਈਮ ਰੱਖੇ ਗਏ ਨੇ ਉਹ ਉਹ ਜਿਹੜੇ ਆ ਉਹ ਜਿਹੜੇ ਕਿਸੇ ਵੀ ਤਰ੍ਹਾਂ ਦੀ ਯੋਗਤਾ ਜਿਹੜੀ ਪੂਰੀ ਨਹੀਂ ਕਰਦੇ ਤਾਂ ਉਹਨਾਂ ਨੂੰ ਜਿਹੜਾ ਰੈਗੂਲਰ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਨਵੀਂ ਭਰਤੀ ਜਿਹੜੀ ਜਾਰੀ ਕੀਤੀ ਜਾਣੀ ਚਾਹੀਦੀ ਹੈ ਤੇ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਣੀ ਚਾਹੀਦਾ ਆ ਦੇਖੋ ਤੁਸੀਂ ਇਹ ਦੇਖ ਸਕਦੇ ਹੋ ਕਿ ਨਿਊਜ਼ਪੇਪਰ ਤੇ ਵੀ ਇਹ ਖਬਰ ਲੱਗੀ ਹੈ ਕਿ ਅਦਾਲਤ ਨੇ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਚ ਅਧਿਆਪਕਾਂ ਦੀਆਂ 2000 ਤੋਂ ਵੱਧ ਖਾਲੀ ਅਸਾਮੀਆਂ ਪ੍ਰਗਟ ਹੋਣ ਤੇ ਖਾਲੀ ਹੋਣ ਤੇ ਪ੍ਰਗਟਾਈ ਚਿੰਤਾ ਤਾਂ ਜਾਨੀ ਕਿ 1 ਮਹੀਨੇ ਦੇ ਵਿੱਚ ਵਿੱਚ ਇਸ਼ਤਿਹਾਰ ਜਾਰੀ ਕਰਨ ਨੂੰ ਕਿਹਾ ਗਿਆ ਪੰਜਾਬ ਸਰਕਾਰ ਨੂੰ ਅਤੇ 8 ਮਹੀਨਿਆਂ ਦੇ ਵਿੱਚ ਜਿਹੜੀ ਸਾਰੀ ਭਰਤੀ ਹੈ ਉਹਨੂੰ ਮੁਕੰਮਲ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਉਮੀਦ ਕਰਦੇ ਆ ਕਿ 4 ਹਫ਼ਤਿਆਂ ਦੇ ਵਿੱਚ ਵੀ ਜਿਹੜਾ ਜਿਹੜਾ ਕਾਲਜ ਦੇ ਵਿੱਚ ਲੈਕਚਰਾਰਾਂ ਦੀਆਂ ਭਰਤੀਆਂ ਨੇ ਉਹ ਬਹੁਤ ਜਲਦੀ ਦੇਖਣ ਨੂੰ ਮਿਲ ਸਕਦੀਆਂ ਨੇ ਅਤੇ ਜਿਹੜੇ ਪਹਿਲਾਂ ਤੋਂ ਕੱਚੇ ਰੱਖੇਗੇ ਨੇ ਇਹਦੇ ਸਬੰਧੀ ਆਪਾਂ ਜਿਵੇਂ ਮਾਸਟਰ ਕੈਡਰ ਦੇ ਦੇਖ ਸਕਦੇ ਆ ਜਾਂ ਹੋਰ ਕਿਸੇ ਕੈਡਰ ਦੇ ਵਿੱਚ ਜਿਵੇਂ ਕੱਚਿਆਂ ਨੂੰ ਪੱਕਾ ਕਰ ਲਿਆ ਜਾਂਦਾ ਤਾਂ ਉੱਥੋਂ ਵੀ ਆਪਾਂ ਨੂੰ ਵੀ ਸਿਹਤ ਮਿਲਦੀ ਹੈ ਕਿ ਆਪਾਂ ਹਾਈ ਕੋਰਟ ਦੇ ਵਿੱਚ ਜਾ ਸਕਦੇ ਆ ਕਿ ਤੁਸੀਂ ਜਿਹੜੇ एलिਜੀਬਲ ਹੈਗੇ ਨੇ ਚਲੋ ਉਹ ਤਾਂ ਪੱਕੇ ਕਰੋ ਪਰ ਜਿਹੜੇ एलिਜੀਬਲ ਹੀ ਨਹੀਂ ਹੈਗੇ ਜਿਨ੍ਹਾਂ ਦਾ ਟੈਟ ਨਹੀਂ ਪਾਸ ਹੋ ਜੋ ਜਾਂ ਜੋ ਟੈਟ ਪਾਸ ਨਹੀਂ ਕਰਨਾ ਚਾਹੁੰਦੇ ਤੁਸੀਂ ਉਹਨਾਂ ਨੂੰ ਕਿਉਂ ਪੱਕਾ ਕਰ ਰਹੇ ਹੋ ਤਾਂ ਇਹ ਅਪਡੇਟ ਸੀਗੀ ਅੱਜ ਦੀ ਇਸ ਭਰਤੀ ਸੰਬੰਧੀ ਕਿ ਜੋ 1 ਮਹੀਨੇ ਦੇ ਵਿੱਚ ਜਾਰੀ ਕੀਤੀ ਜਾਊਗੀ ਜਿਹੜੇ ਜਿਹੜੇ ਲੈਕਚਰਾਰ ਭਰਤੀਆਂ ਨਾਲ ਸੰਬੰਧਿਤ ਨੇ ਉਹਨਾਂ ਤੱਕ ਇਹ ਅਪਡੇਟ ਨੂੰ ਜਰੂਰ ਪਹੁੰਚਾਓ ਵੀਡੀਓ ਨੂੰ ਕਰ ਦਿਓ ਸ਼ੇਅਰ ਅਤੇ ਚੈਨਲ ਤੇ ਬਨੇ ਰਹੋ ਥੈਂਕ ਯੂ ਸੋ ਮਚ